ਕਿਉਂਕਿ ਪ੍ਰੋਗਰਾਮ ਮੁੱਕਿਆ ਨਹੀਂ ਹੈ ਤੁਸੀਂ ਆਹ ਨਾ ਸੋਚਣਾ ਵੀ ਅਜੇ ਪ੍ਰੋਗਰਾਮ ਸ਼ੁਰੂ ਹੋਇਆ ਹੈ ਕਿਉਂਕਿ ਮਾਮਲਾ ਇਹ ਸੀ ਕਿ ਸਾਡੇ ਖਾਨ ਸਾਹਿਬ ਸ਼ੌਕਤ ਅਲੀ ਉਹਨਾਂ ਦਾ ਜਿਹੜਾ ਮਤਲਬ ਤਬੀਅਤ ਦਾ ਵੀ ਮਾਮਲਾ ਹੈ ਫਿਰ ਹੋਰ ਵੀ ਮਸਾਇਲ ਨੇ ਲੇਕਿਨ ਉਹਨਾਂ ਦੀ ਬੜੀ ਮੁਹੱਬਤ ਬਹੁਤ ਪਿਆਰ ਕਿ ਉਹ ਤਸ਼ਰੀਫ ਲਿਆਏ ਇਸ ਦੌਰਾਨ ਮੈਂ ਤੁਹਾਡੀਆਂ ਬਹੁਤ ਸਾਰੀਆਂ ਦਾੜੀਆਂ 'ਚ ਇੱਕ ਬੰਦਾ ਅੱਜ ਕੱਲ੍ਹ ਛਾਇਆ ਹੋਇਆ ਔਰ ਉਹਦੇ ਗਾਣੇ ਬੜੇ ਸੁਣੇ ਜਾ ਰਹੇ ਨੇ ਉਹ ਬੰਦੇ ਦਾ ਨਾਂ ਹੈ ਅਲੀ ਫਰਾਸ ਤੁਹਾਡੀਆਂ ਬਹੁਤ ਸਾਰੀਆਂ ਦਾੜੀਆਂ ਬਹੁਤ ਬਹੁਤ ਅੱਛੇ ਆਰਟਿਸਟ ਬੈਠੇ ਹੋਏ ਸਰ ਸ਼ੌਕ ਸਾਹਿਬ ਸਰ ਹਮਾਰੇ ਸੈਲੀਬ੍ਰਿਟੀ ਯਾਰ ਯਾਰ ਹਰ ਕੋਈ ਕਹਿੰਦਾ ਔਖੀ ਬੜੀ ਨਿਭਾਉਣੀ ਯਾਰੀ ਯਾਰ ਵੈਦ ਕੀ ਜਾਨਣ ਔਖੀ ਹੁੰਦੀ ਸ਼ਿਕ ਬਿਮਾਰੀ ਔਖੀ ਇਸ਼ਕ ਬਿਮਾਰੀ ਯਾਰ ਬਹਿ ਗਿਆ ਨੈਣਾ ਦੇ ਬੂਹੇ ਆ ਕੇ ਉਹ ਯਾਰ ਬਹਿ ਗਿਆ ਨੈਣਾ ਦੇ ਬੂਹੇ ਆ ਕੇ ਉਹਦਾ ਦੀ ਗੰਦਗੀ ਕਰੀਏ ਯਾਰ ਬਹਿ ਗਿਆ ਨੈਣਾ ਦੇ ਬੂਹੇ ਆ ਕੇ ਯਾਰ ਬਹਿ ਗਿਆ ਨੈਣਾ ਦੇ ਬੂਹੇ ਆ ਕੇ ਉਹਦਾ ਦੀ ਗੰਦਗੀ ਕਰੀਏ ਯਾਰ ਲੁੱਟ ਲਿਆ ਨਜ਼ਰਾਂ ਮਿਲਾ ਕੇ ਖੁਦਾ ਦੀ ਗੱਲ ਕੀ ਕਰੀਏ ਗੁਜ਼ਰਿਆ ਕੇ ਉਹ ਯਾਰ ਬਹਿ ਗਿਆ ਯਾਰ ਬਹਿ ਗਿਆ ਨੈਣਾ ਦੇ ਬੂਹੇ ਆ ਕੇ ਬਹਿ ਗਿਆ ਨੈਣਾ ਦੇ ਬੂਹੇ ਆ ਕੇ ਖੁਦਾ ਦੀ ਗੱਲ ਕੀ ਕਰੀਏ ਸਾਨੂੰ ਲੁੱਟ ਲਿਆ ਨਜ਼ਰਾਂ ਮਿਲਾ ਕੇ ਖੁਦਾ ਦੀ ਗੱਲ ਕੀ ਇੱਕ ਵਾਰ ਮਿਊਜ਼ੀਸ਼ੀਅਨਸ ਕੇ ਲਈ ਕਲੈਪਿੰਗ ਕਰਦੇ ਬਹੁਤ ਅੱਛਾ ਕੰਮ ਕਰ ਸਾਡੇ ਮਨ ਵਿੱਚ ਜੋਤ ਜਗਾ ਕੇ ਖੁਦਾ ਦੀ ਗੱਲ ਕੀ ਕਰੀਏ ਬਹਿ ਗਿਆ ਨੈਣਾ ਦੇ ਬੂਹੇ ਆ ਕੇ ਯਾਰ ਬਹਿ ਗਿਆ ਨੈਣਾ ਦੇ ਬੂਹੇ ਆ ਕੇ ਬਹਿ ਗਿਆ ਨੈਣਾ ਦੇ ਬੂਹੇ ਆ ਕੇ ਖੁਦਾ ਦੀ ਗੱਲ ਕੀ ਕਰੀਏ ਸਾਨੂੰ ਲੁੱਟ ਲਿਆ ਨਜ਼ਰਾਂ ਮਿਲਾ ਕੇ ਖੁਦਾ ਦੀ ਗੱਲ ਕੀ ਕਰੀਏ ਬਹਿ ਗਿਆ ਨੈਣਾ ਦੇ ਬੂਹੇ ਆ ਕੇ
ਸਾਨੂੰ ਲੁੱਟ ਲਿਆ ਨਜ਼ਰਾਂ ਮਿਲਾ ਕੇ ਖੁਦਾ ਦੀ ਗੱਲੇ ਆਪਣੇ ਇਲਾਕੇ ਦੀ ਨੁਮਾਇੰਦਗੀ ਪੂਰੀ ਦੁਨੀਆ 'ਚ ਕਰਨਾ ਚਾਹੁੰਦੇ ਹੋ ਔਰ ਇੱਕ ਬਾ ਇੱਜ਼ਤ ਬਾ ਵਕਾਰ ਰੋਜ਼ਗਾਰ ਕਮਾਉਣਾ ਚਾਹੁੰਦੇ ਹੋ ਸਾਫ਼ਤ ਦੀ ਦੁਨੀਆ ਵਿੱਚ ਕਿਉਂਕਿ ਤੁਹਾਡਾ ਇਲਾਕਾ ਬਹੁਤ ਸਾਰੇ ਮਸਾਇਲ ਦਾ ਸਿਆਸੀ ਤੌਰ 'ਤੇ ਸਮਾਜੀ ਤੌਰ 'ਤੇ ਸ਼ਿਕਾਰ ਹੈ ਅਤੇ ਤੁਹਾਡੇ ਇਲਾਕੇ ਵਿੱਚ ਵਸੇਬੀ ਤੌਰ 'ਤੇ ਰਹਿਤਲੀ ਤੌਰ 'ਤੇ ਔਰ ਜੋ ਸਾਡਾ ਵਿਰਸਾ ਹੈ ਉਹਦੇ ਬਹੁਤ ਸਾਰੇ ਆਸਾਰ ਵੀ ਮੌਜੂਦ ਨੇ ਕੀ ਤੁਸੀਂ ਪੂਰੀ ਦੁਨੀਆ ਨੂੰ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਕੀ ਹੋ ਅਤੇ ਆਓ ਪੂਰੀ ਦੁਨੀਆ ਤੋਂ ਐਸਟੀਐਨ ਨਿਊਜ਼ ਦਾ ਹਿੱਸਾ ਬਣੇ ਐਸਟੀਐਨ ਨਿਊਜ਼ ਐਸਟੀਐਨ ਐਂਟਰਟੇਨਮੈਂਟ ਐਸਟੀਐਨ ਡਰਾਮਾ ਇਹ ਸਭ ਤੁਹਾਡੇ ਲਈ ਹੈ ਅੱਜ ਹੀ ਰਾਬਤਾ ਕਰੋ 0300-94-86-955 ਇੱਕ ਵਾਰੀ ਫਿਰ ਸੁਣ ਲਵੋ 0300-94-86-955 ਰਾਬਤਾ ਕਰੋ ਐਸਟੀਐਨ ਨਿਊਜ਼ ਦਾ ਹਿੱਸਾ ਬਣੋ ਐਸਟੀਐਨ ਨਿਊਜ਼ ਹਰ ਵੇਲੇ ਹਰ ਥਾਂ folkstudio.pk the voice of love ਧਮਾਕਾ ਹਰ ਕੋਈ ਕਹਿੰਦਾ ਇਹ ਸਾਡਾ ਫੋਕ ਸਟੂਡੀਓ ਸਾਡਾ ਮਾਣ ਹੈ ਇਹ ਸਾਡੀ ਇੱਜ਼ਤ ਹੈ ਇਹ ਸ਼ੌਕਤ ਅਲੀ ਦੀ ਇੱਜ਼ਤ ਹੈ ਤੁਸੀਂ ਰਜਿਸਟ੍ਰੇਸ਼ਨ ਨਹੀਂ ਕਰਵਾਈ ਫਿਰ ਦੇਰ ਕਿਉਂ ਕਰ ਰਹੇ ਹੋ ਆਓ ਆਪਣਾ ਗਾਣਾ ਪੂਰੀ ਦੁਨੀਆ ਨੂੰ ਸੁਣਾਈਏ ਅਗਰ ਤੁਹਾਡੀ
जानिया तू ते सिख कदी दुख सुख भोलना तेरे बिन नहीं लगता दिल मेरा खोलना है तेरे बिन नहीं लगता दिल मेरा खोलना तेरे बिन नहीं लगता दिल मेरा खोलना है तेरे बिन नहीं लगता दिल मेरा खोलना जानिया हनिया तेरे बिन नहीं लगता दिल मेरा ढोलना है तेरे बिन नहीं लगता दिल मेरा ढोलना बहुत शुक्रिया जी सपोर्ट करने के लिए थैंक यू सो मच जी जी मैं कह रहा हूँ सीने बिच अग ला के लगिया कई बरसाता कुछ काले बदला तो सीने बिच अग ला के लगिया कई बरसाता तुर गया सजनानी दिल खो के जाग के कटिया लाता तेरे बिन नहीं लगता दिल मेरा ढोलना तेरे बिन नहीं लगता दिल मेरा ढोलना बहुत शुक्रिया थैंक यू सो मच कि तुसी अपने इलाके की नुमाइंदगी पूरी दुनिया च करना चाहते हो और एक बाइज्जत बावकार रोजगार कमाना चाहते हो साफर की दुनिया में क्योंकि तुहाडा इलाका बहुत सारे मसाइल का सियासी तौर पर समाजी तौर पर शिकार है तो तुहाडे इलाके वसेबी तौर पर रैतली तौर पर और जो साडा विरसा है वो बहुत सारे आसार भी मौजूद ने कि तुसी पूरी दुनिया में दसना चाहते हो कि तुसी की हो तो आओ पूरी दुनिया तो एसटीएन न्यूज़ का हिस्सा बन गए एसटीएन न्यूज़ एसटीएन एंटरटेनमेंट एसटीएन ड्रामा यह सब तुहाडे लई है अज ही राबता करो 0300 94 86 955 एक बार फिर सुन लो 0300 9486 955 प्राप्त करो एसटीएन न्यूज़ का हिस्सा बनो एसटीएन न्यूज़ हर वेले हर थां साडा टीवी नेटवर्क एक डिप्लोमा करवा रहे न्यूज़कास्टर न्यूज़ रिपोर्टर एंकर होस्ट ते ब्रॉडकास्टिंग की ट्रेनिंग ले जिन्हें लिए तुसी साडे नाल स्क्रीन ते दिते हुए नंबर ते कांटेक्ट करो जगत पंजाबियां दी आवाज साडा टीवी नेटवर्क नहीं
दरबार दी गल करिए लखा तेरे ते दरूद ते सदा हम सोने लखा तेरे ते दरूद ते सदा हम सोने सारे नबिया दा नबी तू इमाम सोने सारे नबिया दा नबी तू इमाम सोने तुसी रजिस्ट्रेशन नहीं करवाई फिर देर क्यों कर रहे हो आओ अपना गाना पूरी दुनिया को सुनाइए फोक स्टूडियो डॉट पी के द वॉइस ऑफ लव म्यूजिक धमाका हर कोई खेदा ये साडा फोक स्टूडियो साडा माण है ये साडी इज्जत है ये शौकतली दी इज्जत है फोक स्टूडियो तुसी रजिस्ट्रेशन नहीं करवाई फिर देर क्यों कर रहे हो आओ अपना गाना पूरी दुनिया नु सुनाइए अगर तुहाडे च कोई टैलेंट जिहड़ा तुसीं दुनिया दिखाना चाहुंदे हो ते एसटीएन नेटवर्क वालों वेलकम कहिंदे हन स्क्रीन ते दिए गए नंबर ते सानूं कॉन्टैक्ट करो थैंक यू अली फराज वास्ते बहुत सारियां ताड़ियां ਜਨਾਬ ਵਹੀਦੀਪਾਲ ਸਾਹਿਬ ਆਏ ਨੇ ਬਹੁਤ ਮੁਹੱਬਤ ਬਹੁਤ ਪਿਆਰ ਇਹਨਾਂ ਕੋਲ ਤੇ ਇੱਕ ਤੋਂ ਜ਼ਿਆਦਾ ਚੈਨਲ ਨੇ ਹੁਣ ਮੈਂ ਕਿਹੜੇ ਕਿਹੜੇ ਚੈਨਲ ਦਾ ਨਾਮ ਲਵਾਂ ਅਸਲ ਵਿੱਚ ਤੇ ਇਸ ਵੇਲੇ ਜਿਹੜੇ ਉਹਦਾ ਨਾਮ ਹੈ ਅੱਛਾ ਐਸ ਵੇਲੇ ਜਿੱਥੇ ਬੈਠੇ ਨੇ ਐਸਟੀਐਨ ਚੈਨਲ ਲੋ ਜੀ ਨਾਲ ਇੱਕ ਹੋਰ ਸਾਹਿਬ ਮੌਜੂਦ ਆ ਹਾਂ ਹਾਂ ਸਾਹਿਬ ਵੀ ਨੇ ਤੇ ਕਿਆ ਬਾਤ ਹੈ ਜਨਾਬ ਆਦਲ ਆਸਫ ਆਏ ਬੈਠੇ ਜਨਾਬ ਹੋਸਟ ਹੈਗੇ ਨੇ ਕਾਫੀ ਸਾਰੇ ਚੈਨਲਸ ਤੇ ਹੋਸਟ ਕਰਦੇ ਵਿਜੇ ਸ਼ਿਜੇ ਤੇ ਉਤੋਂ ਗਾਣ ਵੀ ਲਾਪੇ ਨੇ ਰਹਿੰਦੀ ਸਹਿੰਦੀ ਕਸਰ ਜਿਹੜੀ ਮੁੱਕ ਜਾਂਦੀ ਨਾ ਬੰਦਾ ਕਹਿੰਦਾ ਮੈਂ ਹੋਰ ਕੀ ਕਰਾਂ ਕਹਿੰਦਾ ਚਲ ਗਾਣੇ ਗਾ ਆਹੋ ਅੱਛਾ ਰਾਤੀ ਨਾ ਫੋਕ ਸਟੂਡੀਓ ਦੇ ਆਡੀਸ਼ਨ ਰਿਕਾਰਡ ਹੋ ਰਹੇ ਸਨ ਕੁਝ ਤੇ ਮੈਂ ਬੈਠਾ ਤੇ ਆਡੀਸ਼ਨ ਲੱਗਾ ਕਿ ਮੈਂ ਕਿ ਯਾਰ ਬਗੈਰ ਰਿਦਮ ਤੋਂ ਤਫੈਲ ਨਿਆਜ਼ੀ ਸਾਹਿਬ ਦਾ ਮੈਂ ਗੀਤ ਨਹੀਂ ਸੁਣਿਆ ਮੇਰੀ ਰਿਕਾਰਡਿੰਗ 'ਚ ਨਹੀਂ ਹੈਗਾ ਉਹ ਕਹਿੰਦੇ ਨੇ ਜੀ ਇਹ ਤਫੈਲ ਨਿਆਜ਼ੀ ਸਾਹਿਬ ਨਹੀਂ ਨੇ ਇਹ ਤੇ ਹੁਣ ਜਿਹੜੇ ਆਡੀਸ਼ਨ ਦਿੱਤਾ ਹੈ ਉਹ ਰਿਕਾਰਡ ਕਰਵਾ ਕੇ ਗਏ ਮੈਂ ਕਿਹਾ ਜੀ ਅੱਛਾ ਉਹ ਕੌਣ ਹੈ ਸ਼ਾਹਿਦ ਕੁਰੈਸ਼ੀ ਤੁਹਾਡੀਆਂ ਬਹੁਤ ਸਾਰੀਆਂ ਤਾੜੀਆਂ ਵੇ ਉਹ ਸ਼ਾਹਿਦ ਕੁਰੈਸ਼ੀ ਬੰਦੇ ਦੇ ਆਉਣ ਤੇ ਖੁਸ਼ੀ ਦਾ ਇਜ਼ਹਾਰ ਕਰਦੇ ਅਗਰ ਉਹ ਬਾਅਦ 'ਚ ਉਹਨੂੰ ਦਾਤ ਔਰ ਉਹ ਦੇ ਆ ਕੇ ਉਹ ਜਿਹੜੀ ਉਹਦੀ ਡਿਜ਼ਰਵ ਕਰਦਾ ਲੇਕਿਨ ਆਉਣ ਤੇ ਤਾੜੀ ਵਜਾ ਦੇ ਅਗਰ ਉਹਨੂੰ ਪਤਾ ਲੱਗੇ ਮੈਂ ਕਿਤੇ ਆਇਆ ਗਾਣਾ ਹਾਲੀ ਵੀ ਥੋੜ੍ਹੀਆਂ ਹੁਣ ਠੀਕ ਹੈ ਹੁਣ ਠੀਕ ਹੈ ਵਧੀਆ ਸਰੇ ਮਾਦਾ ਮਾਦਾ ਮਾਰੇ ਮਾਰੇ ਤਨੀ ਦਾ ਮਾਦਾ ਨੀਰੇ ਮਾਰੇ ਨੀਰੇ ਸਾ ਦਨੀ ਦਾ ਮਾਰੇ ਮਾਦਾ ਨੀਰੇ ਨੀ ਦਾ ਮਾਦਾ ਮਾ ਨੀਰੇ ਸਾ ਰੇ ਮਾਦਾ ਨੀਰੇ ਨੀ ਦਾ
ਨੀ ਦਾ ਮਾ ਦਾ ਮਾਮਾ ਨੀ ਰੇ ਸਾ ਅੱਖੀਆਂ ਨੂੰ ਅੱਖੀਆਂ ਵੇਖਣੀਆਂ ਅੱਖਾਂ ਕਿਸੇ ਖਜੀਏ ਭਰੀਆਂ ਰਹਿਣ ਵਿੱਚ ਜਲਦੇ ਅੱਜ ਵੀ ਕਹਿੰਦੀਆਂ ਸੜੀਆਂ ਲੱਗੀਆਂ ਜਵਾਬ ਨਾ ਦੇਂਦੀਆਂ ਅੱਖੀਆਂ ਲੱਗੀਆਂ ਜਵਾਬ ਨਾ ਦੇਂਦੀਆਂ ਓਏ ਲੱਗੀਆਂ ਜਵਾਬ ਨਾ ਦੇਂਦੀਆਂ ਹਾਏ ਲੱਗੀਆਂ ਜਵਾਬ ਨਾ ਦੇਂਦੀਆਂ ਲੱਗੀਆਂ ਜਵਾਬ ਨਾ ਦੇਂਦੀਆਂ ਲੱਗੀਆਂ ਜਵਾਬ ਨਾ ਦੇਂਦੀਆਂ ਹਾਏ ਲੱਗੀਆਂ ਜਵਾਬ ਨਾ ਦੇਂਦੀਆਂ ਲੱਗੀਆਂ ਜਵਾਬ ਨਾ ਦੇਂਦੀਆਂ ਹਾਏ ਓਏ ਲੱਗੀਆਂ
जवाब ना दे दिया लगिया जवाब ना दे दिया लगिया जवाब ना दे दिया है लगिया जवाब ना अखां लगियां जवाब ना देंदियां बहुत वधिया जिदां तुसीं तारीफ कीती सी उस तो वध ही गा दिता उन्होंने बहुत जबरदस्त अच्छा मैनूं इह दस सुनैना अखां लगियां जवाब देंदियां ने कोई नहीं देंदियां अच्छा गल है वे कि जदों अखां लग जाण ना ते फिर बोलना नहीं पैंदा फिर तुहानूं दसना नहीं पैंदा फिर जवाब आपे ही मिल जांदा क्योंकि सिर्फ लगियां होण गल लगी दी है बस ਲੱਗੀ ਵਾਲਿਆਂ ਨੂੰ ਨੀਂਦ ਨਹੀਂ ਆਉਂਦੀ ਤੇ ਤੇਰੀ ਕਿਵੇਂ ਅੱਖ ਲੱਗ ਗਈ ਤੇ ਇਸੇ ਤਰ੍ਹਾਂ ਜਿਹੜਾ ਨਾ ਅੱਖਾਂ ਜਿਹੜੀਆਂ ਲੱਗ ਜਾਂਦੀਆਂ ਨੇ ਨਾ ਜਦੋਂ ਲੱਗ ਗਏ ਨੈਣ ਵੇੜੇ ਪੰਜਾਬੀ ਸਾਹਿਬ ਇੰਨੀਆਂ ਇਦਾਂ ਦੀਆਂ ਗੱਲਾਂ ਨਾ ਕਰੋ ਲੋਕਾਂ ਦੇ ਮੂਡ ਹੋਰ ਤਰ੍ਹਾਂ ਦੇ ਹੋ ਜਾਣੇ ਅੱਛਾ ਤੇ ਅਗਲਾ ਬੰਦਾ ਬੁਲਾਓ ਅਗਲਾ ਬੰਦਾ ਨਹੀਂ ਬੰਦੀ ਹੈ ਅੱਛਾ ਔਰ ਉਹ ਇਹ ਵੇ ਕਿ ਫੋਕ ਸਟੂਡੀਓ ਦੇ ਵਿੱਚ ਪਹਿਲਾ ਗਾਣਾ ਉਹਨਾਂ ਦਾ ਰਿਕਾਰਡ ਹੋਇਆ ਦਿਲ ਦਾ ਜਾਨੀ ਸਹੀ ਉਹਨੇ ਮੇਰੇ ਦਿਲ ਦਾ ਜਾਨੀ ਮੈਡਮ ਨੂਰਜਹਾਂ ਦਾ ਗੀਤ ਜਿਹੜਾ ਸੀ ਉਹ ਰਿਕਾਰਡ ਕੀਤਾ ਉਹਨਾਂ ਨੇ ਫਿਰ ਬਹੁਤ ਸਾਰੇ ਹੋਰ ਮੇਰੇ ਕੋਲ ਬਹਿਣ ਵਾਲਾ ਉਹ ਮੇਰੇ ਕੋਲ ਬਹਿੰਦਾ ਨਹੀਂ ਉਹ ਆ ਰਿਹਾ ਉਹਨਾਂ ਦਾ ਔਰ ਉਸ ਤੋਂ ਇਲਾਵਾ ਫਿਰ ਜਿਹੜਾ ਨਾ ਉਹ ਜ਼ਾਹਿਰ ਨੇੜੇ ਨਾ ਪਵੇ ਤਾਂ ਫਿਰ ਲਫ਼ਜ਼ ਵੀ ਬਹੁਤ ਸਾਰੇ ਬਦਲ ਜਾਂਦੇ ਨੇ ਅਤੇ ਇਸ ਤੋਂ ਇਲਾਵਾ ਇਹਨਾਂ ਦਾ ਇੱਕ ਫੁੱਲ ਮੋਤੀਏ ਦਾ ਆ ਚੁੱਕਿਆ ਥੋੜ੍ਹੇ ਦਿਨਾਂ ਤੱਕ ਰਿਲੀਜ਼ ਹੋ ਰਿਹਾ ਡਿਊਟ ਦੇ ਵਿੱਚ ਅਤੇ ਤਬੀਅਤ ਠੀਕ ਨਹੀਂ ਸੀ ਇਹਨਾਂ ਦੀ ਖਾਂਸੀ ਲੱਗੀ ਹੋਈ ਹੈ ਉਹਦੇ ਬਾਵਜੂਦ ਕਿਉਂਕਿ ਫੋਕ ਸਟੂਡੀਓ ਦਾ ਹਿੱਸਾ ਨੇ ਉਹਦੇ ਵਾਸਤੇ ਉਹਨਾਂ ਦੀ ਮੁਹੱਬਤ ਉਹਨਾਂ ਦਾ ਪਿਆਰ ਕਿ ਅੱਜ ਓਪਨਿੰਗ ਜਿਹੜੀ ਸੀ ਫੋਕ ਸਟੂਡੀਓ ਦੀ ਇਫਤਤਾਹ ਸੀ ਉਹਦੇ 'ਤੇ ਉਹ ਆਈਆਂ ਨੇ ਰਿਦਾ ਸ਼ਾਹ ਦਾ ਬਹੁਤ ਸ਼ੁਕਰੀਆ ਔਰ ਬਹੁਤ ਸਾਰੀਆਂ ਤਾੜੀਆਂ ਵਿੱਚ ਰਿਦਾ ਸ਼ਾਹ